ਬੰਗਲਾ ਚੰਡੀਗੜ੍ਹ ਰੋਡ ਦੇ ਉੱਤੇ ਫੈਕਟਰੀ ਦੇ ਨੇੜੇ ਤਿੰਨ ਟਰੱਕਾਂ ਦੀ ਜ਼ੋਰਦਾਰ ਟੱਕਰ ਹੋ ਗਈ। ਦੱਸ ਦਈਏ ਕਿ ਇੱਕ ਡਰਾਈਵਰ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕਿ ਸੜਕ ਸੁਰੱਖਿਆ ਪੁਲਿਸ ਦੇ ਵੱਲੋਂ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਦੌਰਾਨ ਸੜਕ ਦੇ ਉੱਤੇ ਕਾਫੀ ਲੰਬਾ ਜਾਮ ਲੱਗ ਗਿਆ। ਸੜਕ ਸੁਰੱਖਿਆ ਪੁਲਿਸ ਦੇ ਵੱਲੋਂ ਜਾਮ ਨੂੰ ਖੁਲਵਾਉਣ ਦੇ ਲਈ JCB ਕਰੇਨ ਦੇ ਨਾਲ ਟਰੱਕਾਂ ਨੂੰ ਪਾਸੇ ਹਟਾਇਆ ਗਿਆ ਤੇ ਜਾਮ ਖੁਲਵਾਇਆ ਗਿਆ। ਇਸ ਦੀ ਜਾਣਕਾਰੀ ਸੜਕ ਸੁਰੱਖਿਆ ਫੋਰਸ ਵਿੱਚ ਤੈਨਾਤ ਮਨੀਸ਼ ਕੁਮਾਰ ਦੇ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ। ਮਨੀਸ਼ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਐਕਸੀਡੈਂਟ ਹੋਇਆ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਵੇਂ ਸੂਚਨਾ ਮਿਲੀ ਤਾਂ ਮੌਕੇ ਉੱਤੇ ਪਹੁੰਚ ਕੇ ਅਤੇ ਉਹਨਾਂ ਨੇ ਜ਼ਖਮੀ ਦੀ ਮਦਦ ਕੀਤੀ। ਦੱਸ ਦਈਏ ਕਿ ਟਰੱਕ ਦਾ ਮੋਰਲਾ ਹਿੱਸਾ ਚਕਨਾਚੂਰ ਚੂਰ ਹੋ ਗਿਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਅਸੀਂ ਨਵਾਂ ਬੱਸ ਸਟੈਂਡ ਪਟਿਆਲੇ ਤੋਂ ਅਸੀਂ ਟੋਲ ਪਲਾਜ਼ਾ ਜਿਹੜਾ ਸਾਡਾ ਰੂਟ ਆ ਉਹਦੇ ਤੈਨਾਤ ਹੋਈ ਹੈ। ਸਰ ਜੀ, ਐਕਸੀਡੈਂਟ ਬਾਰੇ ਜਾਣਕਾਰੀ ਦਿਓ, ਜਿਹੜਾ ਕੀ ਫੈਕਟਰੀ ਕੋਲ ਹੋਇਆ? ਐਕਸੀਡੈਂਟ ਚੰਡੀਗੜ੍ਹ ਵੱਲੋਂ ਦੋ ਟਰਾਲੇ ਆ ਰਹੇ ਸੀ, ਰਾਜਪੁਰੇ ਜਾ ਰਹੇ ਸੀ ਅਤੇ ਅਗਲੇ ਟਰਾਲੇ ਨੇ ਬ੍ਰੇਕ ਮਾਰੀ, ਅਚਾਨਕ ਜਿਹੜਾ ਪਿੱਛੇ ਗੱਡੀ ਸੀ ਉਹਦੇ ਵਿੱਚ ਵੱਜੀ ਹੈ, ਜਿਹਦੇ ਕਰਕੇ ਜਿਹੜੀ ਪਿਛਲੀ ਗੱਡੀ ਦਾ ਡਰਾਈਵਰ ਆ ਉਹ ਇੰਜਰਡ ਹੋ ਗਿਆ ਸੀ ਅਤੇ ਉਹਨੂੰ ਅਸੀਂ ਮੌਕੇ 'ਤੇ ਪਹੁੰਚ ਕੇ ਅਤੇ ਉਹਨੂੰ ਹਸਪਤਾਲ ਦਾਖਲ ਕਰਾ ਤਾ, ਮੁੱਢਲੀ ਸਹਾਇਤਾ ਦੇ ਕੇ ਅਤੇ ਉਹ ਹੁਣ APGN ਹਸਪਤਾਲ 'ਚ ਦਾਖਲ। ਸਰ ਜੀ, ਕਿੰਨੇ ਕੁ ਲੋਕਾਂ ਦੀ ਜਾਨ ਤੁਸੀਂ ਇਸ ਮਹੀਨੇ ਦੇ ਵਿੱਚ ਬਚਾਈ ਹੈਗੀ? ਸਰ ਸਰ ਅਸੀਂ ਲਗਭਗ ਤਕਰੀਬਨ 50-60 ਦੇ ਕਰੀਬ ਐਕਸੀਡੈਂਟ ਇਸ ਮਹੀਨੇ ਦੇ ਅੰਦਰ ਡੀਲ ਕੀਤੇ ਹਨ ਅਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੁੰਦੇ ਨੇ ਅਤੇ ਬਹੁਤ ਸਾਰੇ ਲੋਕ ਮਤਲਬ ਇੱਕ ਦੋ ਕੇਸ ਐਵੇਂ ਦੇ ਡੈਥ ਕੇਸ ਵੀ ਹੋ ਜਾਂਦੀ ਹੈ, ਪਰ ਜ਼ਖਮੀਆਂ ਦੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਜਿਹੜੇ ਵੀ ਹਸਪਤਾਲ ਲਵੇ ਪੈਂਦਾ ਉਹਦੇ 'ਚ ਉਹਨੂੰ ਦਾਖਲ ਕਰਾ ਦਿੱਤਾ। ਸਰ ਜੀ, ਲੋਕਾਂ ਨੂੰ 112 ਦਾ ਕਿੰਨਾ ਕੁ ਫਾਇਦਾ ਹੋਇਆ? ਲੋਕਾਂ ਨੂੰ ਦੇਖੋ, ਇਹ ਤਾਂ ਲੋਕਾਂ ਨੂੰ ਪਤਾ ਹੋਣਾ 112 ਦਾ ਕਿੰਨਾ ਕੁ ਫਾਇਦਾ, ਪਰ ਅਸੀਂ ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਪੂਰੀ ਤਨਦੇਹੀ ਨਾਲ ਕਰ ਰਹੇ ਹਾਂ।